ਨਾਜ਼ਰੀ ਨੇ ਤੁਸੀਂ ਦੇਖ ਸਕਦੇ ਜੇ ਕਿ ਇੱਕ ਗਾਓਂ ਦੇ ਨਾਲੇ ਨਹਿਰ ਹੈ ਬਹੁਤ ਵੱਡੀ, ਅਤੇ ਇਹ ਲੋਕਾਂ ਦਾ ਰਸਤਾ ਵੀ ਹੈ। ਇਹ ਤੁਸੀਂ ਦੇਖ ਸਕਦੇ ਜੇ ਕਿ ਲੋਕ ਰਾਤ ਨੂੰ ਪਿੰਡ ਵਾਲੇ ਇੱਥੋਂ ਗੁਜ਼ਰਦੇ ਨੇ, ਅਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਇੱਥੇ ਰਾਤ ਦੇ ਟਾਈਮ ਅਸੀਂ ਗੁਜ਼ਰਨੇ ਆ, ਸਾਨੂੰ ਵੱਟੇ ਵੀ ਵੱਜਦੇ ਨੇ ਅਤੇ ਅਜੀਬ ਅਜੀਬ ਆਵਾਜ਼ਾਂ ਵੀ ਆਉਂਦੀਆਂ ਨੇ, ਅਤੇ ਇੱਕ ਸ਼ੈ ਆਉਂਦੀ ਕਾਲੇ ਜਿਹੇ ਰੰਗ ਦੀ, ਸਾਨੂੰ ਕੋਈ ਨਜ਼ਰ ਨਹੀਂ ਆਉਂਦੀ, ਸਾਨੂੰ ਡਰਾਉਂਦੀ ਹੈ। ਅਸੀਂ ਇਸ ਗੱਲੋਂ ਇੱਥੇ ਗੁਜ਼ਰਦੇ ਨਹੀਂ, ਅੱਜ ਅਸੀਂ ਉਹ ਦੇਖਣ ਆਏ ਹਾਂ ਕੀ ਸ਼ੈ। ਚਲੋ ਜੀ ਅੱਗੇ ਆ ਜਾਓ। ਤੁਸੀਂ ਇਹ ਦੇਖ ਸਕਦੇ ਜੇ, ਇਹ ਦੇਖੋ ਵੱਟੇ ਆ ਰਹੇ ਨੇ, ਇਹ ਦੇਖੋ ਵੱਟੇ ਤਾਂ ਹੁਣੇ ਸ਼ੁਰੂ ਹੋ ਗਏ ਨੇ ਇੱਥੋਂ, ਲੇਕਿਨ ਅਸੀਂ ਫਿਰ ਵੀ ਅੱਗੇ ਜਾਂਦੇ ਹਾਂ, ਦੇਖਦੇ ਹਾਂ ਕੀ ਸ਼ਾਇਦ। ਬਹੁਤ ਹਨੇਰਾ ਇੱਥੇ, ਆਸੇ ਪਾਸੇ ਝਾੜੀਆਂ ਵੀ ਨੇ। ਇਹ ਦੇਖੋ ਨਾ ਨਹਿਰ ਦੇ ਨਾਲ ਝਾੜੀਆਂ ਹੈ ਨੇ। ਲੱਗਦਾ ਕਿ ਉਹ ਝਾੜੀ ਦੇ ਪਿੱਛੇ ਕੋਈ ਸ਼ੈ ਹੈ। ਤੁਸੀਂ ਦੇਖ ਸਕਦੇ ਜੇ ਕੈਮਰੇ 'ਚ ਨਜ਼ਰ ਆ ਰਹੀ ਹੈ ਸਾਨੂੰ, ਉਸ ਤਰ੍ਹਾਂ ਕੋਈ ਸ਼ੈ ਨਹੀਂ ਨਜ਼ਰ ਆ ਰਹੀ। ਕੌਣ ਭਾਈ ਉੱਠ, ਅਜੀਬ ਆਵਾਜ਼ਾਂ ਆ ਰਹੀਆਂ, ਆਵਾਜ਼ਾਂ ਬਹੁਤ ਇੱਥੇ ਅਜੀਬ ਆ ਰਹੀਆਂ ਨੇ, ਅਤੇ ਇਸ ਗੱਲੋਂ ਅਸੀਂ ਇੱਥੋਂ ਨਿਕਲਦੇ ਪਏ ਹਾਂ, ਮਜ਼ੀਦ ਅਸੀਂ ਅੱਗੇ ਨਹੀਂ ਜਾ ਸਕਦੇ। ਲੋਕ ਇਸੇ ਕੋਲੋਂ ਇਸ ਰਸਤੇ ਤੋਂ ਡਰਦੇ ਨੇ ਕਿ ਨਹੀਂ ਆਉਂਦੇ ਉਹ। ਸਾਨੂੰ ਇੱਥੋਂ ਆਵਾਜ਼ ਆ ਰਹੀ ਹੈ ਜਿਸ ਤਰ੍ਹਾਂ ਕੋਈ ਝਾੜੀਆਂ ਵਗੈਰਾ ਹਿੱਲ ਰਹੀਆਂ ਨੇ, ਅਤੇ ਅਸੀਂ ਦੇਖਦੇ ਹਾਂ ਇਹਦੇ ਪਿਛਲੇ ਤੁਸੀਂ ਇਹ ਦੇਖ ਸਕਦੇ ਜੇ ਕਿ ਕਿਸ ਤਰ੍ਹਾਂ ਝਾੜੀਆਂ ਹਿੱਲ ਰਹੀਆਂ ਨੇ, ਆਵਾਜ਼ਾਂ ਵੀ ਆ ਰਹੀਆਂ ਨੇ ਇੱਥੋਂ, ਆ ਸੁਣ ਸਕਦੇ ਜੇ ਆਵਾਜ਼ਾਂ ਆ ਰਹੀਆਂ। ਇਸ ਗੱਲੋਂ ਅਸੀਂ ਇੱਥੋਂ ਪਿੱਛੇ ਹਟ ਰਹੇ ਹਾਂ, ਅਸੀਂ ਅੱਗੇ ਨਹੀਂ ਜਾ ਸਕਦੇ।